ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਟੱਡੀ ਟੈਂਪੋ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਈਟੀਟੀ ਦਾ ਪੇਪਰ ਸੀ ਉਹ ਸੇਮ ਡੇਟ ਤੇ ਹੈ ਉਹ ਕੈਂਸਲ ਨਹੀਂ ਹੋਇਆ ਹੈ ਇਸ ਲਈ ਸਾਰੇ ਜਣੇ ਜੋ-ਜੋ ਈਟੀਟੀ ਦਾ ਪੇਪਰ ਦੇਣਾ ਚਾਹੁੰਦੇ ਹਨ ਜਿਨ੍ਹਾਂ ਨੇ ਪੇਪਰ ਦੇਣਾ ਹੈ ਉਹ ਆਪਣਾ ਸੇਮ ਟਾਈਮ ਸੇਮ ਡੇਟ ਤੇ ਆਪਣਾ ਜਾ ਕੇ ਆਪਣੇ ਐਗਜ਼ਾਮ ਸੈਂਟਰ ਵਿੱਚ ਐਗਜ਼ਾਮ ਦੇ ਲਵੋ ਠੀਕ ਹੈ ਤੋਂ ਇਲਾਵਾ ਅਸੀਂ ਵਾਰ ਟੈਂਡਰ ਦੀ ਜਿਹੜੀ ਤਿਆਰੀ ਹੈ ਤੁਹਾਨੂੰ ਲਗਾਤਾਰ ਉਸੇ ਤਰ੍ਹਾਂ ਹੀ ਚੈਨਲ ਉੱਤੇ ਕਰਵਾਉਂਦੇ ਰਹਾਂਗੇ ਆਪਣੀ ਤਿਆਰੀ ਜਿਹੜੀ ਉਹ ਲਗਾਤਾਰ ਜਾਰੀ ਰੱਖੋ ਤਾਂ ਕਿ ਤਿਆਰੀ ਵਿੱਚ ਤੁਹਾਡੇ ਵਿੱਚ ਕੋਈ ਕਮੀ ਨਾ ਹੋਵੇ ਅਤੇ ਕੋਈ ਵੀ ਪੁਆਇੰਟ ਤੁਹਾਡੇ ਤੋਂ ਮਿਸ ਨਾ ਹੋਵੇ ਜਿੰਨੇ ਵੀ ਤੁਹਾਡੇ ਟੌਪਿਕ ਰਹਿੰਦੇ ਸਨ ਉਹ ਸਾਰੇ ਕਵਰ ਕਰ ਲਵੋ ਇਸੇ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਲਗਾਤਾਰ ਵੀਡੀਓਜ਼ ਜਿਹੜੀਆਂ ਉਹ ਪਾਉਂਦੇ ਰਹਾਂਗੇ ਚੈਨਲ ਉੱਤੇ ਪੜਾਈ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਕੱਲ ਨੂੰ ਅਸੀਂ ਤੁਹਾਨੂੰ ETT ਜਿਹੜਾ ਸੈਕੰਡ ਪੇਪਰ ਉਸ ਦੇ ਸੰਬੰਧ ਵਿੱਚ ਅਤੇ ਵਾਟੈਂਡਟ ਦੇ ਸੰਬੰਧ ਵਿੱਚ ਇੱਕ ਕਰੰਟ ਅਫੇਅਰ ਦੀ ਸੀਰੀਜ਼ ਲੈ ਕੇ ਆ ਰਹੇ ਹਾਂ ਜਿਸ ਵਿੱਚ ਤੁਹਾਡੇ ਪਿਛਲੇ 3-4 ਮਹੀਨਿਆਂ ਦੇ ਸਾਰੇ ਕਰੰਟ ਅਫੇਅਰ ਜਿਹੜੇ ਉਹ ਕਵਰ ਕਰਾਂਗੇ ਇਸ ਲਈ ਉਸ ਵੀਡੀਓ ਨੂੰ ਕੱਲ ਨੂੰ ਸਵੇਰੇ ਜ਼ਰੂਰ ਦੇਖ ਲਿਓ ਜਿਸ ਨਾਲ ਤੁਹਾਡੇ ਪਿਛਲੇ 3- ਜਿਹੜੇ ਕਰੰਟ ਅਫੇਅਰ ਹਨ ਉਹ ਈਟਟੀਏ ਤੇ ਵਾਟ ਟੈਂਡਰ ਦੇ ਪੇਪਰ ਲਈ ਕਵਰ ਹੋ ਜਾਣਗੇ ਇਸ ਤੋਂ ਇਲਾਵਾ ਸਾਰੇ ਸਟੂਡੈਂਟ ਬਾਰ-ਬਾਰ ਮੰਗ ਕਰ ਰਹੇ ਸਨ ਕਿ ਗੁਰੂਆਂ ਸੰਬੰਧੀ ਇੱਕ ਵੀਡੀਓ ਲੈ ਕੇ ਆਓ ਜਿਸ ਵਿੱਚ ਕਿ ਸਾਰੇ ਗੁਰੂਆਂ ਦੀ ਡਿਟੇਲ ਵਿੱਚ ਜਾਣਕਾਰੀ ਹੋਵੇ ਜੋ ਕਿ ਇਗਜ਼ਾਮ ਦੇ ਸਭ ਤੋਂ ਇੰਪੋਰਟੈਂਟ ਹੈ ਇਸ ਲਈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅਸੀਂ ਤੁਹਾਨੂੰ ਸਵੇਰੇ ਗੁਰੂਆਂ ਬਾਰੇ ਸਾਰੀ ਜਾਣਕਾਰੀ ਇੱਕ ਡਿਟੇਲ ਵਿੱਚ ਵੀਡੀਓ ਵਿੱਚ ਬਣਾ ਕੇ ਲੈ ਕੇ ਹਾਜ਼ਰ ਹੋਵਾਂਗੇ ਉਹ ਵੀਡੀਓ ਜ਼ਰੂਰ ਦੇਖਿਓ ਭੁੱਲਿਓ ਨਾ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਕਿਉਂਕਿ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵਾਟ ਟੈਂਡਰ ਦੇ ਇਗਜ਼ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਡਾਕ ਵਿਭਾਗ ਦੀ ਜਿਹੜੀ ਭਰਤੀ ਹੈ ਉਹ 10ਵੇਂ ਲੈਵਲ ਦੀ ਨਿਕਲੀ ਹੈ ਇਹ ਜਿਹੜੀਆਂ ਪੋਸਟਾਂ ਵੈਸੇ ਤੁਹਾਨੂੰ ਪਤਾ ਹੈ ਕਿ ਜਿਹੜਾ ਡਾਕ ਡਿਪਾਰਟਮੈਂਟ ਹੈ ਸੈਂਟਰ ਦਾ ਡਿਪਾਰਟਮੈਂਟ ਹੈ ਪਰੰਤੂ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਇਹ ਪੰਜਾਬ ਸਰਕਲ ਦੀਆਂ ਨੇ ਜਿੰਨੇ ਵੀ ਤੁਸੀਂ ਪੰਜਾਬ ਦੇ ਰੈਜ਼ੀਡੈਂਟ ਹੋ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਿੱਚ ਲਾਸਟ ਵਿੱਚ ਮੈਂ ਤੁਹਾਨੂੰ ਦਿਖਾਉਣਾ ਇਸ PDF ਦੇ ਕਿ ਤੁਹਾਡੇ ਨੇੜੇ-ਤੇੜੇ ਜਿਵੇਂ ਇਹ ਬਠਿੰਡੇ ਦੀਆਂ ਦਿਖਾ ਰਿਹਾ ਨੇੜੇ-ਤੇੜੇ ਜਿੰਨੀਆਂ ਹੀ ਪੋਸਟਾਂ ਤੁਹਾਡੇ ਖਾਲੀਆਂ ਵੈਕੈਂਸੀਆਂ ਤੁਹਾਡੇ ਨੇੜੇ ਦੇ ਡਾਕਖਾਨਿਆਂ ਵਿੱਚ ਉਹ ਸਾਰੀਆਂ ਤੁਹਾਨੂੰ ਡਿਟੇਲ ਦਿੱਤੀ ਹੋਈ ਹੈ ਤੁਸੀਂ ਇਸ ਵਿੱਚ ਸਭ ਤੋਂ ਵਧੀਆ ਫਾਇਦੇ ਦੀ ਗੱਲ ਇਹ ਹੀ ਹੈ ਕਿ ਤੁਸੀਂ ਆਪਣੇ ਘਰ ਦੇ ਨੇੜੇ ਜਿਹੜੀ ਉਹ ਜਿਹੜੀ ਪੋਸਟ ਹੈ ਲੈ ਸਕਦੇ ਹੋ ਠੀਕ ਹੈ ਇਸ ਦੀ ਮੈਂ PDF ਜਿਹੜੀ ਤੁਹਾਨੂੰ ਟੈਲੀਗ੍ਰam ਤੇ ਪ੍ਰੋਵਾਈਡ ਕਰਵਾ ਦੇਵਾਂਗਾ ਉੱਥੋਂ ਤੁਸੀਂ ਜਾ ਕੇ ਸਾਰੀਆਂ ਡਿਟੇਲ ਚੈੱਕ ਕਰ ਲਿਓ ਕਿਹੜੇ-ਕਿਹੜੇ ਏਰੀਆ ਵਿੱਚ ਕਿਹੜੀ-ਕਿਹੜੀ ਵੈਕੈਂਸੀ ਖਾਲੀ ਹੈ ਆਪਣੇ-ਆਪਣੇ ਏਰੀਆ ਚ ਚੈੱਕ ਕਰ ਸਕਦੇ ਹੋ ਸਭ ਤੋਂ ਵਧੀਆ ਗੱਲ ਇਹ ਹੈ ਕਿ 10ਵੇਂ ਲੈਵਲ ਜੋ ਬੈ 10ਵੀਂ ਵਾਲਿਆਂ ਜਿੰਨੇ ਨੇ ਵੀ ਤੁਸੀਂ ਸਾਰੇ ਨੇ ਵਾਰਟੈਂਡ ਦਾ ਪੇਪਰ ਅਪਲਾਈ ਕੀਤਾ ਹੋਇਆ ਮੈਨੂੰ ਪਤਾ ਸਾਰੇ 8ਵੀਂ ਵਾਲੇ ਤਾਂ ਬਹੁਤ ਘੱਟ ਹੀ ਹੋਣਗੇ ਜ਼ਿਆਦਾਤਰ 10ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਹੀ ਹਨ ਪਲੱਸ 2 ਵਾਲੇ ਜਿਨ ਉਹ ਜਿੰਨੇ ਵੀ ਤੁਸੀਂ ਵਾਰਟੈਂਡ ਦਾ ਇਗਜ਼ਾਮ ਅਪਲਾਈ ਕੀਤਾ ਹੈ ਤੁਸੀਂ ਸਾਰੇ ਇਹ ਪੋਸਟ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਵਧੀਆ ਪੋਸਟ ਹੈ ਇਸ ਵਿੱਚ ਨਾ ਤਾਂ ਤੁਹਾਡਾ ਕੋਈ ਇਗਜ਼ਾਮ ਹੋਣਾ ਹੈ ਸਿਰਫ ਤੇ ਸਿਰਫ ਤੁਹਾਡੇ ਨੰਬਰਾਂ ਦੇ ਆਧਾਰ ਤੇ ਮੈਰਿਟ ਬਣਨੀ ਹੈ ਠੀਕ ਹੈ ਉਸ ਤੋਂ ਇਲਾਵਾ ਇੱਕ ਵਧੀਆ ਜੌਬ ਹੈ ਤੁਹਾਡੇ ਲਈ ਕੋਈ ਇਗਜ਼ਾਮ ਨਹੀਂ ਹੋਵੇਗਾ ਤੁਹਾਨੂੰ ਘਰ ਦੇ ਨੇੜੇ ਪੋਸਟਿੰਗ ਮਿਲ ਸਕਦੀ ਹੈ ਠੀਕ ਹੈ ਜਿਨ੍ਹਾਂ ਦੇ ਪਰਸੈਂਟੇਜ ਵਧੀਆ ਨੇ ਮਾਰਕਸ ਦੀ ਉਹ ਇਸ ਦੇ ਲਈ ਟਰਾਈ ਕਰ ਸਕਦੇ ਹਨ 10ਵੀਂ ਲੈਵਲ ਦੀ ਜੌਬ ਹੈ ਹੁਣ ਆਪਾਂ ਦੇਖਦੇ ਹਾਂ ਕੀ ਕੀ ਇਸ ਵਿੱਚ ਇਸ ਨੂੰ ਜਿਹੜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜਿਹੜੀ ਉਹ 11 ਦਸੰਬਰ ਹੈ 11 ਦਸੰਬਰ ਤੋਂ ਪਹਿਲਾਂ ਪਹਿਲਾਂ ਇਸ ਨੂੰ ਅਪਲਾਈ ਕਰ ਲਿਓ ਫੀਸ ਵੀ ਕੋਈ ਜ਼ਿਆਦਾ ਨਹੀਂ ਹੈ ਜਨਰਲ ਕੈਟਾਗਰੀ ਦੀ ਸਿਰਫ 100 ਰੁਪਏ ਐਸਸੀ ਐਸਟੀ ਵਗੈਰਾ ਤਾਂ ਸਾਰੀਆਂ ਫ੍ਰੀ ਹੀ ਹੈ ਤੁਸੀਂ ਸਾਰੇ ਜਿਹੜੇ ਜਿਨ੍ਹਾਂ ਨੇ ਵੀ ਵਾਰਟੈਂਡ ਅਪਲਾਈ ਕੀਤਾ ਹੈ ਇਸ ਨੂੰ ਵੀ ਜ਼ਰੂਰ ਅਪਲਾਈ ਕਰੋ ਕੋਈ ਪਤਾ ਨਹੀਂ ਹੁੰਦਾ ਕਿਸਮਤ ਦਾ ਕਿੱਥੇ ਸਾਥ ਦੇ ਦੇਵੇ ਅਤੇ ਕਿੱਥੇ ਤੁਹਾਡਾ ਨੰਬਰ ਆ ਜਾਵੇ ਇਸ ਲਈ ਜਰੂਰ ਅਪਲਾਈ ਕਰਿਓ ਸਾਰੇ ਠੀਕ ਹੈ ਹੁਣ ਆਪਾਂ ਇਹ ਜਿਹੜੀ ਪੜਦੇ ਆਂ ਪੰਜਾਬ ਸਰਕਲ ਦੀ ਇਹ ਤੁਸੀਂ ਸਾਹਮਣੇ ਆਪਣੇ ਦੇਖ ਸਕਦੇ ਹੋ ਕਿਹੜੀ ਕਿਹੜੀ ਪੋਸਟਾਂ ਨੇ ਬ੍ਰਾਂਚ ਪੋਸਟਮਾਸਟਰ ਬੀਪੀਐਮ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਏਬੀਪੀਐਮ ਬੀਪੀਐਮ ਏਬੀਪੀਐਮ ਡਾਕ ਸੇਵਕ ਇਹ ਤਿੰਨ ਤਰ੍ਹਾਂ ਦੀਆਂ ਪੋਸਟਾਂ ਨੇ ਤੁਸੀਂ ਆਪਣੇ ਸਕਰੀਨ ਉੱਤੇ ਹੁਣ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਿੰਨੀ ਕਿੰਨੀ ਸੈਲਰੀ ਹੈ ਜਿਹੜੀ ਉਹ ਮਿਲੇਗੀ ਠੀਕ ਹੈ 12014500 ਇਹ ਜੋ ਕਿ ਸਮੇਂ-ਸਮੇਂ ਤੇ ਵਧਦੀ ਰਹਿੰਦੀ ਹੈ ਸਭ ਤੋਂ ਮੇਨ ਗੱਲ ਤੇ ਇਹੀ ਹੈ ਕਿ ਜਿਹੜੀ ਗਵਰਨਮੈਂਟ ਜੌਬ ਹੈ ਸਭ ਤੋਂ ਵਧੀਆ ਗੱਲ ਸਾਡੇ ਲਈ ਇਹੀ ਹੈ ਠੀਕ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲਾਸਟ ਡੇਟ ਹੈ ਇਸ ਨੂੰ ਅਪਲਾਈ ਕਰਨ ਦੀ ਉਹ 11 ਦਸੰਬਰ ਹੈ ਅਤੇ ਤੁਹਾਡੀ ਏਜ ਹੈ ਜਿਹੜੀ ਉਹ 18 ਤੋਂ 40 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ 18 ਤੋਂ 40 ਦੇ ਠੀਕ ਹੈ ਐਸਸੀਐਸਟੀ ਲਈ 5 ਸਾਲ ਵੀ ਓਬੀਸੀ ਲਈ ਜਿਹੜੀ ਇਸ ਵਿੱਚ 3 ਸਾਲ ਮਾਫ ਹੋਵੇਗੀ ਓਬੀਸੀ ਦੀ ਕੈਟਾਗਰੀ ਹੈ ਇਸ ਵਿੱਚ ਠੀਕ ਹੈ ای ڈبلیو ایس ਵਾਲੇ ਵੀ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਲੱਗ ਤੋਂ ਇਸ ਵਿੱਚ ਮਿਲੇਗਾ ਜੋ ਉਹਨਾਂ ਦਾ ਬੈਨੀਫਿਟ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਜੋ ਇਸ ਵਿੱਚ ਸਿਰਫ ਤੇ ਸਿਰਫ ਆਪਣੇ ਲਈ ਸਕਦੇ ਹੋ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਠੀਕ ਹੈ 10th ਮੰਗੀ ਗਈ ਹੈ ਇਸ ਵਿੱਚ ਆਪਣੇ ਕੋਲ ਤੇ ਕਿਹੜੀ ਕਿਹੜੀ ਨੋਲੇਜ ਸਾਨੂੰ ਹੋਣੀ ਚਾਹੀਦੀ ਹੈ ਦੱਸਿਆ ਹੋਇਆ 8th ਸ਼ੈਡਿਊਲ ਕਨਸਟੀਟਿਊਸ਼ਨ ਇਹ ਤਾਂ ਚਲੋ ਐਡੀ ਕੋਈ ਗੱਲ ਨਹੀਂ ਬਸ ਜਿਹੜੀ ਮੇਨ ਕੁਆਲੀਫਿਕੇਸ਼ਨ ਹੈ ਤੁਹਾਡੀ ਉਹ 10th ਮੰਗੀ ਗਈ ਹੈ ਤੁਸੀਂ 10th ਦੇ 베이스 ਤੇ ਇਸ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਆਪਾਂ ਅੱਗੇ ਦੇਖਦੇ ਹਾਂ ਇਸ ਵਿੱਚ ਕੀ ਹੈ ਹੋਰ ਕੀ ਕੀ ਹੈ ਤੁਹਾਡਾ ਰੈਜ਼ਿਡੈਂਸ ਤੁਹਾਡਾ ਪੰਜਾਬ ਦਾ ਹੋਣਾ ਚਾਹੀਦਾ ਹੈ ਪੰਜਾਬ ਸਰਕਲ ਦੀਆਂ ਪੋਸਟਾਂ ਨੇ ਤੁਸੀਂ ਪੰਜਾਬ ਲਈ ਇੱਕ ਸਭ ਤੋਂ ਵੱਡੀ ਗੱਲ ਹੈ ਨੌਲੇਜ ਆਫ ਸਾਈਕਲਿੰਗ ਇਹ ਇਹਨਾਂ ਨੇ ਦੱਸੀ ਹੈ ਇੱਥੇ ਨੌਲੇਜ ਆਫ ਸਾਈਕਲਿੰਗ ਤੁਹਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੀਆਂ ਵੀ ਇਹ ਪੋਸਟਾਂ ਹਨ ਜੇਕਰ ਤੁਸੀਂ ਡਾਕ ਵੰਡਣ ਦਾ ਕੰਮ ਕਰੋਗੇ ਤਾਂ ਤੁਹਾਨੂੰ ਸਾਈਕਲ ਦੀ ਚਲਾਉਣ ਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵਧੀਆ ਜੌਬ ਹੈ ਐਨਾ ਕੰਮ ਨਹੀਂ ਹੁੰਦਾ ਹੈ ਠੀਕ ਠੀਕ ਜਾਈ ਹੁੰਦਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਠੀਕ ਹੈ ਅੱਗੇ ਆਪਾਂ ਦੇਖਦੇ ਹਾਂ ਹੋਰ ਕੀ ਕੀ ਹੈ ईडब्ल्यूएस बारे ਦੱਸਿਆ ਹੋਇਆ ਹੈ ਅੱਗੇ ਮੈਥਡ ਆਫ ਇੰਗੇਜਮੈਂਟ ਸਾਰਾ ਡਿਟੇਲ ਵਿੱਚ ਸਿਲੈਕਸ਼ਨ ਕਰਾਈਟੇਰੀਆ ਦੱਸਿਆ ਹੋਇਆ ਹੈ ਠੀਕ ਹੈ ਬਾਕੀ ਹੋਰ ਕੁਝ ਹੈ ਜਿਹੜੇ ਵਿੱਚ ਖਾਸ ਤੁਹਾਨੂੰ ਦੱਸਣ ਯੋਗ ਹੈ ਨਹੀਂ ਹੈ ਮੇਨ ਗੱਲ बस ਇਹੀ ਸੀ ਕਿ 10ਵੀਂ ਵਾਲੇ ਅਪਲਾਈ ਕਰ ਸਕਦੇ ਆ ਏਜ ਤੁਹਾਨੂੰ 18 ਤੋਂ 40 ਸਾਲ ਹੈ ਫੀਸ ਹੈ ਜਿਹੜੀ ਇਸ ਦੀ 100 ਰੁਪਏ ਹੈ ਠੀਕ ਹੈ ਐਸਸੀਐਸਟੀ ਲਈ ਤਾਂ ਸ਼ਾਇਦ ਉਹ ਵੀ ਬਿਲਕੁਲ ਮੁਫਤੀ ਹੋਤਾ ਠੀਕ ਹੈ ਅੱਗੇ ਤੁਸੀਂ ਬਸ ਇਸ ਨੂੰ ਅਪਲਾਈ ਕਰੋ ਜਾ ਕੇ ਆਨਲਾਈਨ ਸਾਰੇ ਜਿਹਨੇ ਜੋ ਜੋ ਵਾਟੈਂਡਰ ਅਪਲਾਈ ਕੀਤਾ ਹੈ ਇਸ ਵਿੱਚ ਵੀ ਟਰਾਈ ਕਰੋ ਟਰਾਈ ਕਰਨ ਚ ਕੋਈ ਹਰਜ ਨਹੀਂ ਹੁੰਦਾ ਹੈ ਠੀਕ ਹੈ ਜਿਨ੍ਹਾਂ ਦੇ ਨੰਬਰ ਵਧੀਆ ਹਨ 80 ਤੋਂ ਅਵਾਭੀ ਹਨ ਜਿਨ੍ਹਾਂ ਦੇ 80 ਪਰਸੈਂਟੇਜ ਤੋਂ ਪਰਸੈਂਟੇਜ ਵਿੱਚ ਉਹ ਤਾਂ ਜ਼ਰੂਰ ਟਰਾਈ ਕਰਨ ਕਿਉਂਕਿ ਉਹਨਾਂ ਦੇ ਜ਼ਿਆਦਾ ਚਾਂਸਸ ਹਨ ਇਸ ਵਿੱਚ ਕਿਉਂਕਿ ਇਹ ਜਿਹੜੀ ਲਾਸਟ ਵਿੱਚ ਮੈਰਿਟ ਬਣਨੀ ਹੈ ਉਹ ਨੰਬਰਾਂ ਦੇ ਆਧਾਰ ਤੇ ਬਣਨੀ ਹੈ ਜਿਹੜੇ ਤੁਹਾਡੇ 10th ਦੇ ਨੰਬਰ ਹਨ ਠੀਕ ਹੈ ਉਹਦੇ ਆਧਾਰ ਤੇ ਮੈਰਿਟ ਲਿਸਟ ਬਣੇਗੀ ਅਤੇ ਇਸ ਵਿੱਚ ਕੋਈ ਇਗਜ਼ਾਮ ਨਹੀਂ ਹੈ ਪਿਛਲੇ 2-3 ਸਾਲਾਂ ਵਿੱਚ ਇਹ ਲਗਾਤਾਰ ਭਰਤੀਆਂ ਹੋਈਆਂ ਐ ਬਹੁਤ ਜਲਦੀ ਇਹ ਰਿਜ਼ਲਟ ਪਾ ਦਿੰਨੇ ਆ ਮੰਨ ਲਓ ਜੇ ਹੁਣ 11 ਦਸੰਬਰ ਦੀ ਲਾਸਟ ਡੇਟ ਐ ਤਾਂ ਇਹਨਾਂ ਨੇ ਦਸੰਬਰ ਦੀ ਐਂਡ ਤੱਕ ਜਿਹੜਾ ਤੁਹਾਡਾ ਰਿਜ਼ਲਟ ਪਾ ਦੇਣਾ ਤੇ ਜਨਵਰੀ ਫਰਵਰੀ ਵਿੱਚ ਤੁਹਾਡੀ ਜੁਆਇਨਿੰਗ ਵੀ ਹੋ ਹੀ ਜਾਏਗੀ ਠੀਕ ਐ ਬਹੁਤ ਜ਼ਿਆਦਾ ਟਾਈਮ ਨਹੀਂ ਲਗਾਉਂਦੇ ਕਿਉਂਕਿ ਸੈਂਟਰ ਦਾ ਡਿਪਾਰਟਮੈਂਟ ਐ ਇਹ ਠੀਕ ਐ ਇਸ ਲਈ ਇਸ ਨੂੰ ਅਪਲਾਈ ਜ਼ਰੂਰ ਕਰ ਸਕਦੇ ਹੋ ਚਾਂਸ ਲੈ ਸਕਦੇ ਹੋ ਇਸ ਵਿੱਚ ਮੈਂ ਇਹ ਦੱਸਣਾ ਸੀ ਇਸ ਤੋਂ ਇਲਾਵਾ ਜੋ ਤੁਹਾਡੇ ਸਾਹਮਣੇ ATT ਦਾ ਜਿਹੜਾ ਪੇਪਰ ਐ ਉਹ ਕੈਨਸਲ ਨਹੀਂ ਹੋਇਆ ਹੈ ਇਹ ਟੀਡੀ ਦਾ ਪੇਪਰ ਸੇਮ ਟਾਈਮ ਜਿਹੜਾ 29 ਤਰੀਕ ਨੂੰ ਉਹ ਐਗਜ਼ੈਕਟ ਹੋਵੇਗਾ ਇਸ ਲਈ ਸਾਰੇ ਟੀਡੀ ਵਾਲੇ ਕੈਂਡੀਡੇਟ ਧਿਆਨ ਰੱਖਣ ਕਿ ਆਪਣਾ ਐਗਜ਼ਾਮ ਸੈਂਟਰ ਜਾਣ ਅਤੇ ਐਗਜ਼ਾਮ ਦੇਣ ਜਿਹੜਾ ਐਗਜ਼ਾਮ ਹੈ ਤੁਹਾਡਾ ਉਹ ਕੈਨਸਲ ਨਹੀਂ ਹੋਇਆ ਹੈ ਇਸ ਉਸ ਤੋਂ ਇਲਾਵਾ ਵਾਰਡ اٹੈਂਡੈਂਟ ਦੀ ਜਿਹੜੀ ਤਿਆਰੀ ਹੈ ਆਪਾਂ ਕੰਟੀਨਿਊ ਹੈ ਹੁਣ ਲਗਾਤਾਰ ਜਾਰੀ ਰੱਖਾਂਗੇ ਠੀਕ ਹੈ ਮੈਂ ਅੱਗੇ ਜਿਹੜੇ ਇਹ ਟੌਪਿਕ ਤੁਹਾਡੇ ਰਹਿ ਗਏ ਸੀ ਹੁਣ ਕੱਲ ਤੋਂ ਫੇਰ ਸ਼ੁਰੂ ਕਰਾਂਗਾ ਤੁਹਾਨੂੰ ਸਾਰੇ ਟੌਪਿਕ ਕਵਰ ਕਰਾਵਾਂਗਾ ਜਿੰਨੇ ਵੀ ਤੁਸੀਂ ਸਾਡੇ ਸਾਡੇ ਨਾਲ ਜੁੜੇ ਹੋਏ ਹੋ ਜਿੰਨੀਆਂ ਵੀ ਪ੍ਰਾਣੀਆਂ ਹੈਲਥ ਰਿਲੇਟਿਡ ਹੋਮ ਬੇਸਡ ਹਸਪੀਟਲ ਬੇਸਡ ਤੇ ਹੋਰ 8ਵੀਂ ਤੱਕ ਪੱਧਰ ਦੀ ਜੀਕੇ ਉਹ ਸਾਰੇ ਤੁਸੀਂ ਚੈਨਲ ਉੱਤੇ ਜਾ ਕੇ ਤਿਆਰੀ ਕਰ ਸਕਦੇ ਹੋ ਜਿਨ੍ਹਾਂ ਨੇ ਮੈਥ ਨਹੀਂ ਪੜਿਆ ਸੀ ਉਹ ਮੈਥ ਦੀ ਤਿਆਰੀ ਹੁਣ ਕਰ ਲੈਣ ਚੈਨਲ ਉੱਤੇ ਜਾ ਕੇ ਮੈਥ ਦੀਆਂ ਵੀਡੀਓ ਦੇਖ ਕੇ ਕਿਉਂਕਿ ਮੈਥ ਹੈ ਜਿਹੜਾ ਤੁਹਾਡਾ ਹੋਰ ਇਗਜ਼ਾਮਾਂ ਵਿੱਚ ਵੀ ਕੰਮ ਆਵੇਗਾ ਜਿਵੇਂ ਅੱਗੇ ਪੁਲਿਸ ਦੀ ਭਰਤੀ ਆ ਰਹੀ ਹੈ ਪੰਜਾਬ ਪੁਲਿਸ ਦੀ ਜਿਹੜੀ ਪਲੱਸ 2 ਲੈਵਲ ਦੀ ਭਰਤੀ ਹੈ ਉਸ ਵਿੱਚ ਜ਼ਿਆਦਾ ਚਾਂਸਸ ਨੇ ਜਿਹੜੇ ਕਿ ਇਗਜ਼ਾਮ ਹੋਵੇਗਾ ਉੱਥੇ ਵੀ ਤੁਹਾਡਾ ਜਿਹੜਾ ਮੈਥ ਕੰਮ ਆਵੇਗਾ ਇਸ ਲਈ ਸਾਰੇ ਜਣੇ ਮੈਥ ਮੈਥ ਦੀ ਤਿਆਰੀ ਜਿਹੜੀ ਚੈਨਲ ਉੱਤੇ ਜਾ ਕੇ ਜ਼ਰੂਰ ਕਰ ਲਿਓ ਉਸ ਤੋਂ ਇਲਾਵਾ ਹੋਰ ਤੁਹਾਨੂੰ ਮੈਂ ਦੱਸ ਦਵਾਂ ਜੋ-ਜੋ ਇੱਕ ਦੋ ਦੋ ਛੋਟੀ-ਛੋਟੀਆਂ ਭਰਤੀਆਂ ਆਈਆਂ ਹਨ ਉਹਨਾਂ ਸਾਰਿਆਂ ਦੇ ਮੈਂ ਨੋਟੀਫਿਕੇਸ਼ਨ ਹੈ ਜਿਹੜੇ ਉਹ ਟੈਲੀਗ੍ਰਾਮ ਉੱਤੇ ਪਾ ਦਵਾਂਗਾ ਟੈਲੀਗ੍ਰਾਮ ਤੇ ਜਾ ਕੇ ਉਹ ਡਾਊਨਲੋਡ ਕਰ ਲਿਓ ਕਾਫੀ ਭਰਤੀਆਂ ਆਈਆਂ ਹਨ ਪੰਜਾਬ ਦੀਆਂ ਵੀ ਨੇ ਚੰਡੀਗੜ੍ਹ ਦੀਆਂ ਵੀ ਨੇ ਪੀਜੀਆਈ ਦੀਆਂ ਵੀ ਨੇ ਉਹ ਦੋ ਤਿੰਨ ਭਰਤੀਆਂ ਆਈਆਂ ਹਨ ਉਹਨਾਂ ਦੇ ਨੋਟੀਫਿਕੇਸ਼ਨ ਸਾਰੇ ਹੁਣ ਮੈਂ ਇਕੱਲੀ-ਇਕੱਲੀ ਵੀਡੀਓ ਬਣਾ ਕੇ ਦੱਸਾਂਗਾ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਵੇਗਾ ਇਸ ਲਈ ਸਾਰਿਆਂ ਦੇ ਮੈਂ ਨੋਟੀਫਿਕੇਸ਼ਨ ਹੈ ਜਿਹੜੇ ਉਹ ਤੁਹਾਨੂੰ ਟੈਲੀਗ੍ਰਾਮ ਉੱਤੇ ਪਾ ਦਵਾਂਗਾ ਟੈਲੀਗ੍ਰਾਮ ਤੋਂ ਜਾ ਕੇ ਸਾਰੇ ਨੋਟੀਫਿਕੇਸ਼ਨ ਆਪਣੇ ਚੈੱਕ ਕਰ ਲਿਓ ਅਤੇ ਜਿਹੜੇ ਜਿਹੜੇ ਪਾਰਟੀ ਲਈ ਤੁਸੀਂ ਐਲੀਜੀਬਲ ਹੋ ਉਸ ਦੇ ਲਈ ਅਪਲਾਈ ਕਰ ਲਿਓ ਠੀਕ ਹੈ ਇਸ ਤੋਂ ਇਲਾਵਾ ਹੁਣ ਤੁਹਾਡੀ ਸਕਰੀਨ ਉੱਤੇ ਜੋ ਜੋ ਵੀਡੀਓ ਸ਼ੋ ਹੋ ਰਹੀਆਂ ਹਨ ਉਹ ਸਾਰੀਆਂ ਤੁਹਾਡੇ ਵਾਟੈਂਡਰ ਦੇ ਇਗਜ਼ਾਮ ਦੀ ਤਿਆਰੀ ਸੰਬੰਧੀ ਹਨ ਸਾਰੀਆਂ ਵੀਡੀਓ ਦੇਖ ਕੇ ਆਪਣੀ ਤਿਆਰੀ ਕੰਢਦੇ ਰਹੋ ਅਤੇ ਆਪਣੀ ਪੜ੍ਹਾਈ ਜਾਰੀ ਰੱਖੋ ਅੱਜ ਦੀ ਵੀਡੀਓ ਚੰਨਾਈ ਧੰਨਵਾਦ